ਸਕਸ਼ਮ ਕਾਲਿਆ ਪਹਿਲਾ ਮੈਂ ਡਾਂਸ ਕਰਦਾ ਹੁੰਦਾ ਸੀ ਸਕੂਲ ਕੰਪੀਟੀਸ਼ਨਸ ਤੇ ਹੌਲੀ-ਹੌਲੀ ਮੈਨੂੰ ਮਤਲਬ ਕਿ ਮਾਰੇ ਜੇ ਡਾਂਸ ਵਿੱਚ ਨਾ ਇਮਪ੍ਰੈਸ਼ਨ ਆਉਣਾ ਤੇ ਮੇਰੇ ਆ ਗੱਲ ਮੈਨੂੰ ਮੇਰੇ ਡਾਂਸ ਟੀਚਰ ਨੇ ਦਸੀ ਮੇਰੇ ਪਾਪਾ ਨੂੰ ਕਿ ਇਹਦੇ ਡਾਂਸ ਵਿੱਚ ਐਕਸਪ੍ਰੈਸ਼ਨ ਨਹੀਂ ਆ ਗਿਆ ਤੇ ਪਾਪਾ ਨੂੰ ਇੱਕ ਆਫਰ ਆਈ ਲੈ ਜਾਣਾ Song ਦੀ ਬਾਅਦ ਸਿਧਾਤ ਮੋਹਨ ਤੇ ਉਹਨਾਂ ਨੇ ਇੱਕ ਆਡੀਸ਼ਨ ਲਿੱਤਾ ਤੇ ਆਈ ਗਾਟ ਸਿਲੈਕਟਿਡ ਤੇ ਮੈਂ ਉਹ Song ਕੀਤਾ ਉਸ ਤੋਂ ਬਾਅਦ ਮੈਨੂੰ ਇੱਕ ਹੋਰ Song ਦੀ offer ਆਈ ਟੱਪੇ ਉਹਦੇ ਵਿੱਚ ਅਦਿੱਤੀ ਸਿੰਘ ਸ਼ਰਮਾ ਵੀ ਸੀਗੇ ਬਾਲੀਵੁੱਡ ਸਿੰਗਰ ਜਿੱਦਾਂ ਮੈਂ ਹੌਲੀ-ਹੌਲੀ ਗਾਣੇ ਕੀਤੇ ਫਿਰ ਐਡਸ ਵੀ ਕੀਤੀਆਂ ਮੈਂ ਬਾਇਓ ਰਿਸਰਚ ਦੀ ਕੋਲਗੇਟ ਦੀ ਫਿਰ ਹੌਲੀ-ਹੌਲੀ ਵੱਧ ਗਿਆ ਆ ਪਾਪਾ online auditions ਦਿੰਦੇ ਸੀਗੇ ਮਤਲਬ ਕਿ ਦਿਨ ਲਵਾਉਂਦੇ ਸੀਗੇ ਮਤਲਬ ਕਿ ਪਾਪਾ ਨੂੰ ਪਾਪਾ online auditions ਦਿੰਦੇ ਤੇ ਮੈਨੂੰ ਨਹੀਂ ਪਤਾ ਉਹ ਕਿੱਦਾਂ ਦਿੰਦੇ ਆ ਪਰ ਉਹ ਜਿੱਦਾਂ ਉਹ ਸਕ੍ਰਿਪਟ ਭੇਜ ਦਿੰਦੇ ਆ ਵੀ ਇਸ ਸਕ੍ਰਿਪਟ ਤੇ ਤੁਸੀਂ ਆਪਣੀ ਆਡੀਸ਼ਨ ਵੀਡੀਓ ਬਣਾ ਕੇ ਭੇਜੋ। ਲਾਕਡਾਊਨ ਤੋਂ ਪਹਿਲਾਂ ਵੀ ਕਰਦਾ ਸੀਗਾ ਮੈਂ ਕਿੰਨੀਆਂ ਹੀ ਐਡਸ ਕੀਤੀਆਂ ਤੇ ਲਾਕਡਾਊਨ ਤੋਂ ਬਾਅਦ ਮੇਰਾ ਸਿਲੈਕਸ਼ਨ ਹੋਇਆ। ਲਾਕਡਾਊਨ ਸਮੈਕਸਰਸ ਬਹੁਤ ਕਰਦਾ ਸੀਗਾ ਨਾ ਤੇ ਬਸ ਐਕਚੁਅਲੀ ਸਾਰੇ ਖੁਸ਼ ਵੀ ਬਹੁਤ ਨੇ ਸਾਰੇ ਪ੍ਰਾਊਡ ਵੀ ਕਰਦੇ ਸਾਰੇ ਸਪੋਰਟ ਵੀ ਕਰਦੇ ਮੈਨੂੰ ਪਰ ਜਿੱਦਾਂ ਮਾਰੇ ਜਦ ਦੁੱਖ ਰਹਿੰਦਾ ਵੀ ਮੁੰਬਈ ਜਾ ਰਿਹਾ ਦੂਰ ਮਤਲਬ ਕਿ ਮਾਰਜ ਹੁੰਦਾ ਐਕਚੁਅਲੀ ਮੁੰਬਈ ਤੋਂ ਰੈਣਾ ਪੈਂਦਾ ਇੱਕ ਦੋ ਮਹੀਨੇ ਉਹ ਆਪਣੇ ਆਪ ਹੀ ਛੁੱਟੀ ਦੇ ਦਿੰਦੇ ਵੀ ਇਸ ਦਿਨ ਤੁਸੀਂ ਜਾ ਸਕਦੇ ਪਹਿਲਾਂ ਹੀ ਦੱਸ ਦਿੰਦੇ ਸਕੂਲ ਐਕਚੁਅਲੀ Papa ਨੇ ਟੀਚਰ ਨਾਲ ਗੱਲ ਕੀਤੀ ਤੇ ਸਾਨੂੰ ਪ੍ਰੋਡਕਸ਼ਨ ਵੱਲੋਂ ਉੱਥੇ ਸ਼ੂਟ ਵਿੱਚ ਵੀ ਟਾਈਮ ਮਿਲ ਜਾਂਦਾ ਹੁੰਦੇ ਸੀ ਇਹ ਵੀ ਪਬਲਿਕ ਸਕੂਲ 6th ਬੱਚਿਆਂ ਨੂੰ ਮੈਂ ਕੀ ਕਹਿਣਾ ਚਾਹੁੰਗਾ ਕਹਿਣਾ ਚਾਹੁੰਗਾ ਕਿ ਬਹੁਤ ਮਿਹਨਤ ਕਰੋ ਤਾਕੀ ਵੱਡੇ ਮੁਕਾਮ ਤੇ ਆਓ ਕਿ ਤੁਹਾਡੇ ਪੇਰੈਂਟਸ ਤੁਹਾਡੇ ਤੇ ਪ੍ਰਾਊਡ ਕਰਨ ਉਹ ਹਮੇਸ਼ਾ ਖੁਸ਼ ਰਹਿਣ ਬਸ ਆਪਣੇ ਪੇਰੈਂਟਸ ਨੂੰ ਹਮੇਸ਼ਾ ਖੁਸ਼ ਰੱਖਿਓ ਮਾਡਲ ਮੰਮੀ ਪਾਪਾ ਐਕਟਰ ਮੇਰੀ ਟਾਇਰ ਸ਼ਾਪ ਨਾ ਕਿ ਅੱਗੋ ਇਮ ਮੈਂ ਵੱਡੋ ਕੈਕਟਰ ਬੰਨਾ ਚਾਹਨਾ ਵਾ 올 ਰਾਉਂਡਰ ਬੰਨਾ ਚਾਹਨਾ ਕਿ ਮੈਂ ਸਭ ਕੁਝ ਕਰ ਸਕਾਂ 올 ਰਾਉਂਡਰ ਮਤਲਬ ਕਿ ਜਿੱਦਾਂ ਮੈਂ ਆਰਟ ਉਹ ਵੀ ਮੈਂ ਉਹਨੂੰ ਵਧੀਆ ਹੋਰ ਵਧੀਆ ਕਰ ਸਕਾਂ ਕ੍ਰਿਕਟ ਵਿੱਚ ਮੈਂ ਵਧੀਆ ਖੇਡ ਸਕਾਂ ਇਦਾਂ ਲਗਾਤਾਰ ਚੱਲਦੇ ਉਹ ਕਨਫਰਮ ਨਹੀਂ ਹੁੰਦਾ ਵੀ ਅਸੀ ਦਿਨ ਛੁੱਟੇਗੇ ਕਨਫਰਮ ਨਹੀਂ ਹੁੰਦਾ ਕਿੰਨੀ ਕਿੰਨੀ ਦੇਰ ਇੱਕ ਦੋ ਮਤਲਬ ਕਿ ਇੱਕ ਮਹੀਨੇ ਵਿੱਚ ਪੂਰੇ ਮਹੀਨੇ ਚੱਲ ਜਾਂਦਾ ਉਹ ਵੀ ਬਹੁਤ ਪ੍ਰਾਊਡ ਕਰਦੇ ਨੇ ਕਹਿੰਦੇ ਨੇ ਵੀ ਕਿੰਨਾ ਵਧੀਆ ਲੱਗਦਾ ਸਾਡਾ ਬੱਚਾ ਸਾਨੂੰ ਵੀ ਖੁਸ਼ੀ ਮਿਲਦੀ ਹੈ ਵੀ ਸਾਰੇ ਖੁਸ਼ ਨੇ ਨਾ ਨਾ ਰਮਨ ਕਾਲਿਆ ਆਡੀਸ਼ਨ ਆਨਲਾਈਨ ਆਡੀਸ਼ਨ ਹੁੰਦੇ ਨੇ ਸਾਰੇ ਮਤਲਬ ਸੋਸ਼ਲ ਸਾਈਟ ਤੇ ਜਿੱਦਾਂ ਜਿੱਦਾਂ ਉਹ ਕਾਸਟਿੰਗ ਵਾਲੇ ਪਾਉਂਦੇ ਨੇ ਉਹਦਾ ਉਹਦਾ ਵੀ ਇਹਦੀ ਮਿਹਨਤ ਆ ਕਿ ਇਹਨੇ ਇੰਨੇ ਜ਼ਿਆਦਾ ਆਡੀਸ਼ਨ ਦਿੱਤੇ ਨੇ ਬਾਰ ਬਾਰ ਕਦੀ ਕਿਸੇ ਕਿਸ ਚੀਜ਼ ਦਾ ਕਦੀ ਕਿਸੇ ਚੀਜ਼ ਦਾ ਤੇ ਉਹ ਪ੍ਰੋਫਾਈਲ ਲੱਗੇ ਜਿੱਦਾਂ ਜਿੱਦਾਂ ਜਾਂਦਾ ਫੈਲਦਾ ਗਿਆ ਮੁੰਬਈ ਦੇ ਵਿੱਚ ਤੇ ਕਾਲ ਆਈ ਤੇ ਆਡੀਸ਼ਨ ਦਿੱਤਾ ਤੇ ਸੈਲੈਕਟ ਹੋ ਗਿਆ ਐ ਐਕਚੁਅਲੀ ਲਾਕਡਾਊਨ ਦੇ ਦੌਰਾਨ ਹੀ ਉਹਨਾਂ ਦਾ ਮਤਲਬ ਕਿ ਸਾਨੂੰ ਕੰਟੈਕਟ ਹੋਇਆ ਸੀਗਾ ਸਾਡਾ ਉਹਨਾਂ ਨਾਲ ਤੇ ਉਹਨਾਂ ਨੇ ਸਕ੍ਰਿਪਟ ਭੇਜੀ ਸੀਗੀ ਜਿਹੜੀਆਂ ਕਿ ਉਹ ਐਕਚੁਅਲੀ ਲਾਕਡਾਊਨ ਸੀ ਕਿ ਜਾਤੇ ਸਕਦੇ ਨਹੀਂ ਸੀਗੇ ਸਕ੍ਰੀਨ ਟੈਸਟ ਵੀ ਰਹੀ ਨਹੀਂ ਹੋਣਾ ਸੀਗੇ ਫਿਰ ਉਹਨਾਂ ਨੇ ਇੱਥੇ ਹੀ ਆਨਲਾਈਨ ਇਹਦਾ ਪਾਉਰਡਿਸ਼ਨ ਲਾ ਕੇ ਭੇਜ ਜਿਹੜੇ ਕਿ ਉਹਨਾਂ ਨੇ ਸ਼ਾਇਦ ਦੋ ਜਾਂ ਤਿੰਨ ਵਾਰੀ ਮੰਗਿਆ ਬਾਰ ਬਾਰ ਰਿਪੀਟ ਕਰਕੇ ਨੂੰ ਅੱਛਾ ਲੱਗਾ ਤੇ ਫਿਰ ਉਹਨਾਂ ਨੇ ਸਾਨੂੰ ਕਾਲ ਕੀਤੀ ਤੁਸੀਂ ਆਓ ਸ਼ੈਡਿਊਲ ਐਕਚੁਅਲੀ ਇਦਾਂ ਕਿ ਹੁਣ ਤੇ ਮੁੰਬਈ ਹੀ ਰਹਿ ਰਹੇ ਆ ਹੁਣ ਦੀਵਾਲੀ ਕਰਕੇ ਆਏ ਸੀਗੇ ਤੇ ਅੱਗੇ ਵੀ ਹਲੇ ਫਿਲਹਾਲ ਮੁੰਬਈ ਹੈ ਸਾਡਾ ਦੋ ਉਹਨਾਂ ਨਾਲ ਕੰਟ੍ਰੈਕਟ ਲੰਬਾ ਹੈ ਤੇ ਚੱਲਦਾ ਰਹੇਗਾ ਹਲੇ ਅੱਗੇ ਫਿਰ ਆਨਵਰ ਫਿਊਚਰ ਅੱਗੇ ਜਦੋਂ ਇਹ ਸੀਰੀਅਲ ਦਾ ਖਤਮ ਹੋਏਗਾ ਜਾਂ ਅੱਗੇ ਕੁਝ ਨੈਕਸਟ ਓਪਰਚੁਨਿਟੀ ਮਿਲੇਗੀ ਫਿਰ ਸਟੱਡੀ ਸਕੂਲ ਬਹੁਤ ਕੋਆਪਰੇਟ ਕਰਦਾ ਹੈ ਇਹਨਾਂ ਨਾਲ ਬੱਚੇ ਨਾਲ ਤੇ ਸ਼ੁਰੂ ਤੋਂ ਹੀ ਜ ਉਦੋਂ ਪਹਿਲਾ ਮਹੀਨਾ ਦੇ ਸਕੂਲ ਨੂੰ ਪਹੁੰਚਾਤਾ ਨੂੰ ਕੋਆਪਰੇਟ ਕੀਤਾ ਤੇ ਟੀਚਰਸ ਨੇ ਤੇ ਹੁਣ ਵੀ ਜਿੱਦਾਂ ਉੱਥੇ ਜਦੋਂ ਇਹਦਾ ਬ੍ਰੇਕ ਹੁੰਦਾ ਹੈ ਤੇ ਫਿਰ ਉਹ ਆਪਣੀ ਕਲਾਸਿਸ ਵਗੈਰਾ ਲਗਾ ਲੈਂਦਾ ਜਾਂ ਜੋ ਵੀ ਨੋਟਸ ਵਗੈਰਾ ਸਕੂਲੋਂ ਆਉਂਦੇ ਨੇ ਉਹ ਦੇਖ ਲੈਂਦਾ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਆਪਾਂ ਸ਼ਬਦ ਦੇ ਵਿੱਚ ਨਹੀਂ ਦੱਸ ਸਕਦੇ ਪਰ ਉਹਦੀ ਮਿਹਨਤ ਵੀ ਹੈ ਦੀ ਕਿ ਇੰਨਾ ਉਹ ਜਾ ਕੇ ਉੱਥੇ ਸਾਰਾ ਕੁਝ ਆਪਣੇ ਫੈਮਿਲੀ ਤੋਂ ਦੂਰ ਰਹਿ ਰਿਹਾ ਫਸਟ ਟਾਈਮ ਹੈ ਦਾਇਬ ਬੱਚਾ ਆ ਆਪਣੇ ਮम्मा ਤੋਂ ਦੂਰ ਆਪਣੇ ਦਾਦਾ-ਦਾਦੀ ਤੋਂ ਦੂਰ ਸਿਸਟਰ ਤੋਂ ਦੂਰ ਤੇ ਪਰ ਵਧੀਆ ਚਲੋ ਅੱਛਾ ਕਰ ਰਿਹਾ ਮੈਨੇਜ ਕਰ ਰਿਹਾ ਜਿੰਨੀ ਦਰ ਤੇ ਅਗ ਜਿੰਨੀ ਦਰ ਕਰਦਾ ਰਹੇਗਾ ਜੀ ਜ਼ਰੂਰ ਇੱਥੇ ਹੀ ਕਰੇਗਾ ਮੈਂ ਕਿ ਸਾਡੀ ਹੋਪ ਹੈ ਕਿ ਅੱਗੇ ਜਦੋਂ ਬੰਦਾ ਇੱਕ ਵੱਡਾ ਐਕਟਰ ਬਣੇ ਇਹ ਮੈਂਦਾ ਵੀ ਇਹੀ ਇੱਕ ਸੁਪਨਾ ਹੈ